चंदा शाह पंजाबी नाथ के और उसके बाद हजूर पेश के मन की बात पर इजाजत। बाबा जी छोटे हाँ कोई नूर आखे कोई बशारा आखे कोई नूर आखे कोई
ਕੋਈ ਬਸ਼ਰ ਆਖਿਓ ਦਿਨੇ ਰਾਤ ਪਿਆ ਇਹੋ ਸ਼ੋਰ ਦਿਖਾ ਅੱਲਾ ਵਾਲਿਆ ਗੱਲ ਮੁਕਾ ਛੋੜੀ ਤੁਸਾਂ ਹੋ ਬਿਠਾ ਅਸਾਂ ਹੋ ਅੱਲਾ ਵਾਲਿਆ ਗੱਲ ਮੁਕਾ ਛੋੜੀ ਤੁਸਾਂ ਹੋ ਬਿਠਾ ਅਸਾਂ ਹੋ ਬਿਠਾ ਤੇ ਵੇਖਣ ਵੇਖਣ ਹੀ ਫਰਕ ਹੋਣਾ ਵੇਖਣ ਵੇਖਣ ਹੀ ਫਰਕ ਹੁੰਦਾ ਕਰੀਮ ਤਜਬਾਲ ਨਬੀ ਨਮਾਜ਼ ਅਦਾ ਕੀ ਵਜੇ ਦੀ ਇਵੇਂ ਮੇਰੇ ਆਕਾ ਅਲੈਹਿਸ ਸਲਾਮ ਸੈਰ ਕਰਦੇ ਕਰਦੇ ਬਾਅਦ ਤਸ਼ਰੀਫ ਲੈ ਗਏ ਅੱਗੋ ਇੱਕ ਕਾਫਲਾ ਰੁਕੇ ਹੋਇਆ ਉਹਨੇ ਖੈਮੇ ਲਾਏ ਹੋਏ ਨੇ ਤੇ ਉੱਠਣਾ ਤੇ ਵੱਜੇ ਹੋਏ ਨੇ ਮੇਰੇ ਮਹਿਬੂਬ ਨੇ ਜਦੋਂ ਉੱਠ ਵੇਖੇ ਨਾ ਤੇ ਸਰਕਾਰ ਨੂੰ ਇੱਕ ਸੋਹਣਾ ਉੱਠ ਚੰਗਾ ਲੱਗਾ ਮੇਰੇ ਨਬੀ ਫਰਮਾਉਂਦੇ ਉੱਠ ਵੇਚਣਾ ਨੇ ਉੱਠ ਵੇਚਣਾ ਜੀ ਉਹਨਾਂ ਆਖਿਆ ਸਲਾਹ ਤਾਂ ਕਾਈ ਨਹੀਂ ਤੁਸੀਂ ਆਂਦੇ ਤਾਂ ਵੇਚੜੇ ਸੌਦਾ ਹੋ ਗਿਆ ਮੇਰੇ ਨਬੀ ਫਰਮਾਉਂਦੇ ਮੈਂ ਤਾਂ ਆਇਆ ਸੈਰ ਕਰਦਾ ਕਰਦਾ ਤਜਾਰਤ ਦੀ ਨੀਅਤ ਨਾਲ ਨਹੀਂ ਸੀ ਆਇਆ ਲਿਹਾਜ਼ਾ ਉੱਠ ਮੈਂ ਲਈ ਵੈਨਾ ਤੇ ਪੈਸੇ ਦੇ ਗਏ ਕੀਮਤ ਆ ਵੈਂਦੀ ਉਹਨਾਂ ਕੀ ਚਲੋ ਠੀਕ ਮੇਰੇ ਆਕਾ ਅਲੈਹਿਸ ਸਲਾਮ ਨੇ ਉੱਠ ਦੀ ਮੁਹਾਰ ਫੜੀ ਤੇ ਲੈ ਕੇ ਤੁਰ ਪਏ ਉੱਠ ਦੀ ਮੁਹਾਰ ਫੜੀ ਲੈ ਕੇ ਤੁਰ ਪਏ ਨੇ ਜਦੋਂ ਸਰਕਾਰ ਉੱਠ ਲੈ ਕੇ ਤੁਰ ਪਏ ਨਾ ਤੇ ਜਿਹਨਾਂ ਕਾਫਲਿਆਂ ਨੇ ਉੱਠ ਵੇਚਿਆ ਹੀ ਨਾ ਹੁਣ ਹੱਕੀ ਬੱਕੀ ਹੈਰਾਨ ਤੇ ਪਰੇਸ਼ਾਨ ਉਹਨਾਂ ਕੇ ਯਾਰ ਉੱਠ ਵੀ ਦਿੱਤਾ ਨੇ ਸੌਦਾ ਤਾਂ ਹੋਇਆ ਕੀਮਤ ਕੋਈ ਨਹੀਂ ਲਈ ਤੇ ਪਤਾ ਨਹੀਂ ਜਾਣਦੇ ਹੋ ਸਹੀ ਬਈ ਪੈਸੇ ਦੇਸੀ ਸਹੀ ਜਾਣਦੇ ਹੋ ਬਈ ਪੈਸੇ ਦੇਵੇਗਾ ਉਹਨਾਂ ਆਖਿਆ ਯਾਰ ਜਾਣਦੇ ਤਾਂ ਕੋਈ ਨਾ ਉੱਠ ਚਲੋ ਲੈ ਗਿਆ ਪੈਸੇ ਦੇ ਵੈਸੇ ਇੱਕ ਬੰਦਾ ਵਿੱਚ ਪਿਆ ਕੇ ਜੀ ਨਾ ਦਿੱਤੀ ਉਸ ਤੇ ਮੁੜ ਕੇ ਕਰੇ ਜਾਣਦੇ ਹੋ ਕੋਈ ਜ਼ਮਾਨਤ ਨਹੀਂ ਲਈ ਉਹ ਜਾਣਦੇ ਨੇ ਉਹਦਾ ਨਾਂ ਦਾ ਨਹੀਂ ਪਤਾ ਕਬੀਲੇ ਦਾ ਨਹੀਂ ਪਤਾ ਇਲਾਕੇ ਦਾ ਨਹੀਂ ਪਤਾ ਕਿਹੜੀ ਜਹਾਜ਼ ਰਹਿਣ ਵਾਲਾ ਇਹ ਵੀ ਉੱਠ ਦੇ ਛੋੜਿਆ ਨੇ ਤੇ ਉਸ ਪੈਸੇ ਨਾ ਦਿੱਤੇ ਤਾਂ ਮੋੜ ਉੱਚੀ ਗੱਲ ਸਮਝਣਾ ਅਗਰ ਉਹਨੇ ਪੈਸੇ ਨਾ ਦਿੱਤੇ ਤਾਂ ਮੋੜ ਕੇ ਕਰੇ ਸੋ ਇੱਕ ਮਾਈ ਪਰਦੇ ਖੈਮੇ ਚ ਬੈਠੀ ਹੈ ਤੇ ਉਸ ਖੈਮੇ ਦਾ ਪਰਦਾ ਹਟਾਇਆ ਉੱਚੀ ਉਹਨੇ ਖੈਮੇ ਦਾ ਪਰਦਾ ਹਟਾਇਆ ਪਰਦਾ ਹਟਾ ਕੇ ਆਂਦੀ ਹੈ ਅਨਸਾ ਮੇਨਾ ਤੁਨ ਅਨਸਾ ਮੇਨਾ ਤੁਨ ਅਨਸਾ ਮੇਨਾ ਤੁਨ ਸੁਭਾਨ ਅੱਲਾ ਅਨਸਾ ਮੇਨਾ ਤੁਨ ਉਹ ਚੁੱਪ ਕਰਕੇ ਬਹਿ ਜਾਓ ਮੈਂ ਸਮਾਨਾ ਦੇਨੀ ਆ ਮੈਂ ਸਾਮਨ ਪਈ ਬਣਨੀ ਆ ਉਹਨੇ ਅਗਰ ਪੈਸੇ ਨਾ ਦਿੱਤੇ ਤਾਂ ਮੈਂ ਦੇਸਾ ਉਹਨਾਂ ਆਖਿਆ ਚਲੋ ਇਹੀ ਗੱਲ ਮੁੱਕ ਗਈ ਤੂੰ ਜਾਣਨੀ ਹੈ ਆਂਦੀ ਹੈ ਵੱਲਾ ਜਾਣਦੀ ਮੈਂ ਵੀ ਕੋਈ ਨਾ ਉਹਨਾਂ ਆਖਿਆ ਜਾਣਦੀ ਵੀ ਕੋਈ ਨਹੀਂ ਬੰਦਾ ਕਿਸੇ ਨੂੰ ਜਾਣੇ ਨਾ ਕਿਸੇ ਦਾ ਕਬੀਲਾ ਜਾਣੇ ਨਾ ਉਹਦੇ ਵੀ ਐ ਟਿਕਾਣੇ ਦਾ ਪਤਾ ਨਾ ਹੋਵੇ ਤੇ ਬੰਦਾ ਉਹਦੀ ਸਮਾਨਤ ਅੱਜ ਸੱਕਾ ਫਿਰਾ ਸੱਕੇ ਫਿਰਾ ਦੀ ਸਮਾਨਤ ਨਹੀਂ ਦਿੰਦਾ ਤੂੰ ਆਨੀ ਉਹਦੇ ਨਾਂ ਦਾ ਵੀ ਕੋਈ ਨਹੀਂ ਪਤਾ ਉਹਦਾ ਕਬੀਲਾ ਵੀ ਨਹੀਂ ਜਾਣਦੀ ਉਹਦਾ ਸ਼ਹਿਰ ਵੀ ਨਹੀਂ ਜਾਣਦੀ ਇਹਨੇ ਸਮਾਨਤ ਕਿਵੇਂ ਪਈ ਦੇਣੀ ਹੈ ਉਹਨੇ ਆਖਿਆ ਜਦੋਂ ਸੌਦਾ ਪੈ ਕਰਦੇ ਆਏ ਮੈਂ ਖੈਮੇ ਦੀ ਓਟ ਚ ਵੇਖਿਆ ਹੈ ਉਹਦੇ ਚਿਹਰੇ ਤੋਂ ਨੂਰ ਦੀਆਂ ਲਾਟਾਂ ਪਈਆਂ ਮਿਚੀਆਂ ਉਹਦੇ ਚਿਹਰੇ ਤੋਂ ਨੂਰ ਦੀਆਂ ਲਾਟਾਂ ਪਈਆਂ ਨਿਕਲਦੀਆਂ ਨੇ ਉਹ ਬੀਬੀ ਬੋਲ ਕੇ ਆਉਂਦੀ ਹੈ ਮੈਨੂੰ ਖੁਦਾ ਦੀ ਕਸਮ ਸਮਝ ਗਈ ਆ ਜਿਹਦਾ ਐਡਾ ਸੋਹਣਾ ਚਿਹਰਾ ਹੋਵੇ ਉਹ ਕਦੀ ਝੂਠਾ ਨਹੀਂ ਹੋ ਸਕਦਾ ਜਿਹਦਾ ਐਡਾ ਸੋਹਣਾ ਚਿਹਰਾ ਹੋਵੇ ਜਿਹਦਾ ਐਡਾ ਸੋਹਣਾ ਚਿਹਰਾ ਹੋਵੇ ਉਹ ਕਦੀ ਝੂਠਾ ਗ੍ਰਾਮੀ ਕਦਰ ਹਜ਼ਰਤ ਹੁਣ ਤੁਹਾਡੇ ਸਾਹਮਣੇ ਤਸ਼ਰੀਫ ਲਿਆਉਂਦੇ ਨੇ ਜਨਾਬ।